ਬਲ ਨੂੰ ਪਰਪਕਾਰ ਵਿੱਚ ਵਰਤਿਆ। ਕਈਆਂ ਨੂੰ ਬਲ ਮਿਲ ਜਾਂਦਾ, ਉਹ ਜ਼ੁਲਮ ਕਰਦੇ, ਬਾਰ ਬਾਰ ਕੋਈ ਗਲਤ ਕੰਮ ਕਰਦੇ, ਰਾਹ ਵਿਸਰਾਮ ਦੇ ਕੇ ਕਿਰਪਾਲਤਾ ਕਰਦੇ। ਆਨ ਤਿਆਗ ਭਏ ਇੱਕ ਆਸਰ ਆਖਰੀ ਬੇਨਤੀਆਂ, ਆਨ ਮੈਨੇ ਹੋਰ ਆਨ ਅਪਾਪ ਜਗਤ ਕੇ ਤਿਆਗੋ, ਸੀਰੀਅਸ ਹੋਈ ਕਿ ਸ਼ਰਨੀ ਲਾਗੋ। ਦਸਵੇਂ ਪਾਤਸ਼ਾਹ ਕਹਿੰਦੇ ਹੋਰ ਜਿੰਨੇ ਪਾਪ ਤਿਆਗ ਜੋ, ਉਹ ਅਕਾਲ ਪੁਰਖ ਜਿਹਦੇ ਝੰਡੇ 'ਤੇ ਸ੍ਰੀ ਸਾਹਿਬ ਦਾ ਨਿਸ਼ਾਨ ਆ, ਉਹਦੇ ਚਰਨੀ ਲੱਗ ਜਾਓ। ਹਜ਼ੂਰ ਪਾਤਸ਼ਾਹ ਕਹਿੰਦੇ ਆਨ ਤਿਆਗ, ਦਸਵੇਂ ਪਾਤਸ਼ਾਹ ਅਤੇ ਗੁਰੂ ਨਾਨਕ ਦੇ ਸਿਧਾਂਤ ਦੋ ਆ, ਕੋਈ ਸੋਏ ਸੁਆਸ ਵੀ ਕਹਿੰਦੇ ਜਿਹੜੇ ਮਨਮੁੱਖ ਹੈ ਉਹਨੀ ਭਿੰਨ ਭਿੰਨ ਕਰਕੇ ਜਾਣਿਆ, ਗੁਰਮੁਖ ਇੱਕ ਰੂਪ ਜਾਣਿਆ। ਆਨ ਤਿਆਗ ਹੋਰ ਆਸਾਂ ਤਿਆਗ ਕੇ ਇੱਕ ਪਰਮਾਤਮਾ ਦੇ ਆਸਰੇ ਹੋ ਗਏ, ਸਰਨ ਸਰਨ ਕਰ ਆਏ। ਇਹ ਪਾਤਸ਼ਾਹ ਤਰਾਹੇ ਤਰਾਹੇ ਅਸੀਂ ਆਪ ਜੀ ਚਰਨ ਸ਼ਰਨ ਵਿੱਚ ਮਨ ਕਰਕੇ ਬਾਣੀ ਸਰੀਰ ਕਰਕੇ ਆਏ, ਸਾਡੀ ਲਾਜ ਰੱਖੋ। ਸੰਤ ਅਨੁਗ੍ਰਹਿ ਭਾਈ ਮਨ ਨਿਰਮਲ, ਜਿਹੜੇ ਸੰਤ ਜਿਨ੍ਹਾਂ ਨੇ ਆਪਣੇ ਮਨ ਨੂੰ ਪੰਜਾਂ ਵਪਾਰਾਂ ਵੱਲੋਂ ਸ਼ਾਂਤ ਕਰ ਲਿਆ, ਉਹਨਾਂ ਦੀ ਅਨੁਗ੍ਰਹਿ ਕਿਰਪਾ ਦੁਆਰਾ ਮਨ ਨਿਰਮਲ ਹੋ ਜਾਂਦਾ, ਕਿਉਂਕਿ ਨਿਰਮਲ ਪੁਰਖਾਂ ਦੀ ਸੰਗਤ ਕਰਾਂਗੇ ਮਨ ਨਿਰਮਲ ਹੋਏਗਾ। ਜੇ ਹੁਣ ਚੋਰਾਂ ਜਾਰਾਂ ਜੁਆਰੀਆਂ ਦੀ ਅਮਲੀਆਂ ਨਸ਼ਾਈਆਂ ਵਿਛਾਈਆਂ ਦੀ ਸੰਗਤ ਕਰਾਂਗੇ, ਜਿਹੜੇ ਔਗਣ ਉਹਨਾਂ ਵਿੱਚ ਹੈ ਉਹ ਆਪਣੇ ਸੰਗੀ ਵੀ ਭਰ ਲੈਣਗੇ, ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਹੈ ਅਤੇ ਉਹਨਾਂ ਦੀ ਸੰਗਤ ਕਰਨ ਨਾਲ ਮਨ ਜਿਹੜਾ ਪਵਿੱਤਰ ਹੋ ਜਾਂਦਾ। ਨਾਨਕ ਹਰ ਗੁਣ ਗਾਏ, ਉਹ ਆਪ ਵੀ ਪਰਮੇਸ਼ਰ ਦੇ ਗੁਣ ਗਾਉਂਦੇ ਆ, ਜਿਹੜਾ ਉਹਨਾਂ ਕੋਲ ਬੈਠਦਾ ਉਹਨੂੰ ਵੀ ਪ੍ਰੇਰਨਾ ਦਿੰਦੇ ਆ, ਤਾਂ ਕਿ ਉਹ ਭਾਈ ਇਸ਼ਨਾਨ ਕਰੇ। ਸ੍ਰੀ ਜਗਜੀਤ ਸਿੰਘ ਦਾ ਪਾਠ ਕਰੋ, ਸ਼ਬਦ ਦਾ ਅਭਿਆਸ ਪੰਜਵਾਣੀਆਂ ਆਸਾਈ ਵਾਸ ਗੁਰਮੁਖ ਸਾਹਿਬ ਪੁਰਾਣੇ ਗੁਰਸਿੱਖ ਪੰਜ ਗ੍ਰੰਥੀ ਅਤੇ ਕਈ ਦਸ ਗ੍ਰੰਥੀ ਦਾ ਪਾਠ ਵੀ ਕਰਦੇ ਸੀ। ਇਸ ਤਰ੍ਹਾਂ ਸ਼ਾਨਦਾਰ ਨਿਤਨੇ ਕਿਰਤ ਕਰਨੀ ਔਰ ਸਮੇਂ ਦੀ ਵੰਡ ਕਰਨੀ ਕਿ 6 ਘੰਟੇ ਸੌਣਾ, ਸਮੇਂ ਨਾਲ ਸੌਣਾ ਸਮੇਂ ਨਾਲ ਜਾਗਣਾ, ਔਰ 8 ਘੰਟੇ ਕਿਰਤ ਕਰਨੀ, 8 ਅਤੇ 6 14 10 ਘੰਟੇ ਉਹਨਾਂ ਵਿੱਚੋਂ ਗੁਰੂ ਘਰ ਜਾਣਾ, ਪਾਠ ਕੀਰਤਨ ਕਥਾ ਸੁਣਨੀ ਅਤੇ ਲੰਗਰਾਂ ਦੀ ਸੇਵਾ ਜਾਂ ਧਰਮ ਸਥਾਨਾਂ ਦੀ ਕਾਰ ਸੇਵਾ ਉਹਦੇ ਵਿੱਚ ਵੀ, ਜਾਂ ਸਮਾਜ ਦੇਸ਼ ਰਾਸ਼ਟਰ ਦੀ ਸੇਵਾ, ਬਿਰਦਾਂ ਦੀ ਯਤੀਮਾਂ ਦੀ ਅਤੇ ਲੋੜਵੰਦਾਂ ਦੀ ਸੇਵਾ, ਮਾਤਾ ਪਿਤਾ ਦੀ ਸੰਗਤ ਦੀ ਸੇਵਾ। ਸੋ ਇਸ ਪ੍ਰਕਾਰ ਆਪਣੇ ਸਮੇਂ ਨੂੰ ਉਹ ਵਿਅਰਥ ਨਹੀਂ ਗਾਉਂਦੇ, ਚੰਗੇ ਪਾਸੇ ਲਾਉਂਦੇ ਆ ਅਤੇ ਹਰੀ ਦੇਵ ਨੂੰ ਗਾਉਂਦੇ ਆ। ਇਹ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ ਹੈ ਅਤੇ ਕੱਲ੍ਹ ਵੀ ਦਸੇ ਕਿਤਾਬ ਜੀ ਨੂੰ 7:15-8 ਆਪ ਵੀ ਉਹਨੂੰ ਮੰਗ ਕੇ ਆਓ ਅਤੇ ਜਿਹਦੇ ਕੋਲ ਕੋਈ ਰਾਈਡਿੰਗ ਵਗੈਰਾ ਨੇ ਉਹਨੂੰ ਸਹਿਯੋਗ ਦਿਓ ਅਤੇ ਨਾਲ ਸੰਗਤ ਨੂੰ ਲਿਆਓ ਅਤੇ ਬੱਚਿਆਂ ਨੂੰ ਵੀ ਲਿਆ ਕਰੋ, ਉਹਨਾਂ ਨੂੰ ਬੈਠਣ ਦਾ ਸੁਭਾਅ ਹੌਲੀ ਹੌਲੀ ਪੈ ਜਾਏਗਾ ਅਤੇ ਰਾਤ ਸੌਣ ਲੱਗ ਜਾਏ। ਸੋ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਸਾਰੇ ਵਿਦਵਾਨਾਂ ਦਾ, ਸਮੂਹ ਸੰਗਤ ਦਾ ਭਾਰੀ ਧੰਨਵਾਦ। ਅਤੇ ਕੱਲ੍ਹ ਇਸੇ ਤਰ੍ਹਾਂ ਆਪ ਸਾਰਿਆਂ ਨੇ ਆ ਕੇ ਲਾਹੇ ਲੈਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।